ਕ੍ਰਿਕਟ ਦੀ ਗੱਲ ਕੀਤੀ ਤੁਸੀਂ, ਆਪਾਂ ਇੱਕ ਚੰਗੀ ਜਿਹੀ ਖਬਰ ਤੋਂ ਸ਼ੁਰੂਆਤ ਕਰਦੇ ਹਾਂ। ਜੀ ਹਾਂ ਬਿਲਕੁਲ, ਕ੍ਰਿਕਟ ਦਾ ਸੋਮਵਾਰ ਤੇ ਤਿਲਸਮ ਜਿਹੜਾ ਹੈ ਉਹ ਅਜੇ ਲੋਕਾਂ ਦੇ ਸਿਰੋਂ ਲੱਥਾ ਨਹੀਂ ਹੈ। ਜੀ T20 ਵਾਲਾ ਤਿਲਸਮ ਤੇ ਨਸ਼ਾ ਹੀ ਅਜੇ ਲੋਕਾਂ ਦੇ ਸਿਰ ਚੜ੍ਹ ਕੇ ਬੋਲਦਾ ਸੀ। ਜੀ ਤੇ ਇੱਕ ਨਵਾਂ ਮੁੰਡਾ ਅਭਿਸ਼ੇਕ ਕ੍ਰਿਕਟ ਦੇ ਵਿੱਚ ਕਹਿੰਦੇ ਫਿਰ ਛਾ ਗਿਆ। ਨਹੀਂ, ਚੰਗੀ ਗੱਲ ਇਹ ਆ ਕਿ ਉਹ ਪੰਜਾਬੀ ਹੈ। ਅੱਛਾ, ਲਓ ਇਹ ਤਾਂ ਹੋਰ ਵੀ ਸੋਹਣੀ ਗੱਲ ਹੈ। ਸੋਨੇ ਤੇ ਸੁਹਾਗੇ ਵਾਲੀ ਗੱਲ ਹੈ। ਅੰਮ੍ਰਿਤਸਰ ਦਾ ਉਹ, ਅੱਛਾ ਜੀ, ਅਭਿਸ਼ੇਕ, ਜੀ ਅਸੀਂ ਉਸਨੂੰ U19 ਵਰਲਡ ਕੱਪ ਦੇ ਵਿੱਚ ਵੀ ਖੇਡਦਿਆਂ ਦੇਖਿਆ। ਮੁੰਡਾ ਜਿੰਨਾ ਸਮਾਰਟ ਆ ਨਾ, ਉਹਨਾਂ ਕਹਿ ਲਓ ਕਿ ਤੇਜ਼ ਵੀ ਆ ਉਹ, ਤੇ ਯੁਵਰਾਜ ਨੇ ਉਹਨੂੰ ਪਕਾਇਆ। ਕੀ ਬਾਤ, ਯੁਵਰਾਜ ਦਾ ਚੇਲਾ ਆ। ਤੇ ਇਹ ਅੰਮ੍ਰਿਤਸਰੀਆ ਮੁੰਡਾ, ਦੇਖੋ ਗੱਲ ਇਹ ਆ ਕਿ ਇਹ ਤੀਸਰਾ ਬੰਦਾ ਆ ਵਰਲਡ ਕ੍ਰਿਕਟ ਦੇ ਵਿੱਚ ਜਿਹੜਾ ਜ਼ੀਰੋ ਤੇ ਆਊਟ ਹੋ ਕੇ ਉਸ ਤੋਂ ਬਾਅਦ ਸੈਂਚਰੀ ਮਾਰਦਾ, ਹੀਰੋ ਬਣ ਗਿਆ T20 ਦੇ ਵਿੱਚ। ਤਾਂ ਗੱਲ ਇਹ ਆ ਕਿ ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਬਹੁਤ ਵੱਡੀ ਗੱਲ ਆ। ਬਹੁਤ, ਇੱਕ ਤਾਂ ਰੋਮਾਨੀਅਨ ਪਲੇਅਰ ਸੀਗਾ ਸ਼ਾਇਦ ਸ਼ਿਵਪਾਲ, ਫਿਰ ਉਸ ਤੋਂ ਬਾਅਦ ਲੂਇਸ ਸੀਗਾ ਜੀ ਵੈਸਟ ਇੰਡੀਜ਼ ਵਾਲਾ, ਤੀਸਰਾ ਇਹ ਆ ਵਰਲਡ ਕ੍ਰਿਕਟ ਦੇ ਵਿੱਚ ਸੁਖਮ ਜੀ, ਕਿ ਜਿਹੜਾ ਬੰਦਾ ਜ਼ੀਰੋ ਤੇ ਆਊਟ ਹੋਇਆ ਪਹਿਲੇ ਪਾਰੀ 'ਚ, ਯਾਨੀ ਆਪਣਾ ਡੈਬਿਊ ਜ਼ੀਰੋ ਨਾਲ ਕੀਤਾ, ਪਰ ਦੂਸਰੇ ਮੈਚ ਦੇ ਵਿੱਚ ਸੈਂਕੜਾ ਲਾ ਦਿੱਤਾ। ਅਤੇ ਸੈਂਕੜਾ ਵੀ ਇਸ ਰਫਤਾਰ ਦੇ ਨਾਲ ਲਾਇਆ ਕਿ ਮਤਲਬ ਕਿ ਬਈ ਪਹਿਲੀਆਂ ਤਾਂ 50 ਦੌੜਾਂ ਜਿਹੜੀਆਂ ਸੀਗੀਆਂ ਉਹ ਠੀਕ ਆ ਕਿ ਮਤਲਬ 33-34 ਗੇਂਦਾਂ 'ਤੇ ਬਣਦੀਆਂ, ਪਰ ਦੂਜੀਆਂ ਜਿਹੜੀਆਂ 50 ਦੌੜਾਂ ਉਹ ਤਾਂ 13-14 'ਤੇ ਠੋਕਤੀਆਂ ਉਹਨੇ, ਧਾੜ ਧਾੜ ਧਾੜ, ਬਸ ਫਿਰ ਤਾਂ ਬੈਟ ਜਿਹੜਾ ਹੈ ਨਾ ਮੈਂ ਦੇਖਣ ਤਾਂ ਪਹੁੰਚ ਗਿਆ, ਪਰ ਤੁਹਾਡੇ ਮੂੰਹੋਂ ਸੁਣ ਕੇ ਮੈਨੂੰ ਨਹੀਂ, ਬਹੁਤ ਸ਼ਾਨਦਾਰ ਇਹ ਇਹਦੀ ਟੈਕਨੀਕ ਜਿਹੜੀ ਹੈ ਬੜੀ ਜ਼ਬਰਦਸਤ ਹੈ, ਹਮਲਾਵਰ ਪਲੇਅਰ ਆ। ਪਰ ਮੈਂ ਸਮਝਦਾ ਕਿ ਚਲੋ ਖੁਸ਼ਖਬਰੀ ਤਾਂ ਠੀਕ ਆ ਕਿ ਇੱਕ ਪੰਜਾਬੀ ਮੁੰਡਾ ਜਿਹੜਾ ਆ ਉਹ ਵਰਲਡ ਕ੍ਰਿਕਟ ਦੇ ਵਿੱਚ ਹੋਰ ਆਪਣੀ ਐਂਟਰੀ ਜਿਹੜੀ ਹੈ, ਹਾਂਜੀ ਹਾਂਜੀ ਬਿਲਕੁਲ, ਧਮਾਕੇਦਾਰ ਦਰਜ ਕਰਵਾ ਗਿਆ। ਪਰ ਇੱਕ ਦੂਜੇ ਪੰਜਾਬੀ ਮੁੰਡੇ ਵਾਸਤੇ ਇਹ ਕਹਿ ਲਓ ਕਿ ਕਿਤੇ ਨਾ ਕਿਤੇ ਚੇਤਾਵਨੀ ਵੀ ਆ। ਦੂਜਾ ਪੰਜਾਬੀ ਮੁੰਡਾ ਆ, ਤੁਸੀਂ ਵੇਖੋ ਨਾ ਸ਼ੁਭਮਨ, ਹਾਂ 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 ਸ਼ੁਭਮਨ ਗਿੱਲ ਮਤਲਬ ਕਿ ਕਪਤਾਨ ਵੀ ਆ ਜੀ ਜੀ, ਪਹਿਲਾ ਮੈਚ ਹਾਰ ਵੀ ਗਿਆ, ਤੇ ਹੁਣ ਗੱਲ ਇਹ ਆ ਕਿ ਉਹਦੇ ਹੀ ਸਟੇਟ ਦਾ ਮੁੰਡਾ ਜਿਹੜਾ ਉਹ ਹੁਣ ਚੁਣੌਤੀ ਪੇਸ਼ ਕਰੇਗਾ, ਬਿਲਕੁਲ ਬਿਲਕੁਲ, ਕਿ ਜੇ ਤੁਸੀਂ ਰਨ ਨਹੀਂ ਦਿਓਗੇ ਤੇ ਜਿਸ ਤਰੀਕੇ ਨਾਲ, ਕਿਉਂਕਿ ਸ਼ੁਭਮਨ ਦੀ ਇਹ ਹੈ ਨਾ T20 ਦੇ ਵਿੱਚ ਸਮੱਸਿਆ ਇਹ ਆ ਕਿ ਉਹ ਸਲੋ ਖੇਡਦਾ ਨਾ, ਮਤਲਬ ਕਿ ਉਹ ਤਕਨੀਕੀ ਤੌਰ ਤੇ ਪਰਪੱਕ ਪਲੇਅਰ ਹੈ, ਇੰਨਾ ਜ਼ਿਆਦਾ ਸਲੋ ਵੀ ਨਹੀਂ ਖੇਡਦਾ ਜੀ, ਪਰ ਅਭਿਸ਼ੇਕ ਕਿਤੇ ਜ਼ਿਆਦਾ ਹਮਲਾਵਰ ਆ। ਸੋ ਇਸ ਵਾਸਤੇ ਕਹਿ ਲਓ ਕਿ ਸ਼ਰਮਾ ਜੀ ਇਹ ਜੱਟ ਮੁੰਡੇ ਵਾਸਤੇ ਕਿਤੇ ਨਾ ਕਿਤੇ ਕਹਿ ਲਓ, ਗਿੱਲ ਸਾਹਿਬ ਵਾਸਤੇ ਉਹ ਚੇਤਾਵਨੀ ਵੀ ਆ ਕਿ ਲਤਰਾ ਗਾਣੇ 'ਚ ਨਹੀਂ ਉਹ ਕਹਿੰਦਾ ਠਹਿਰ ਕਾਕਾ ਠਹਿਰ, ਪਰ ਇਹ ਜ਼ਰੂਰ ਹੁੰਦਾ ਵੀ ਚੁਣੌਤੀਆਂ ਜਿਹੜੀਆਂ ਨਾ ਉਹ ਜੇ ਪਹਿਲਾਂ ਵਾਲੇ ਨੂੰ ਤਰਾਸ਼ਦੀਆਂ ਤਾਂ ਅਗਲੇ ਵਾਲੇ ਨੂੰ ਤਰਾਸ਼ਦੀਆਂ ਵੀ ਆ, ਅਗਲਾ ਵੀ ਕੋਸ਼ਿਸ਼ ਕਰਦਾ ਨਾ। ਇਹ ਤਾਂ ਸਹੀ ਹੈ ਤੁਹਾਡੀ ਗੱਲ ਕਿ ਚੁਣੌਤੀਆਂ ਸ਼ੁਭਮਨ ਗਿੱਲ ਲਈ ਕੋਈ ਨਵੀਆਂ ਨਹੀਂ ਹੈ, ਨਵੀਆਂ ਨਹੀਂ, ਪਰ ਦਬਾਅ ਬਣੇਗਾ, ਦਬਾਅ ਬਣੇਗਾ, ਕਿਉਂਕਿ ਦੇਖੋ ਓਪਨਿੰਗ ਵਾਸਤੇ T20 ਦੇ ਵਿੱਚ ਇੰਡੀਆ 'ਚ ਕਾਫੀ ਜ਼ਿਆਦਾ ਜੱਦੋ ਜਹਿਦ ਹੋਏਗੀ ਨਾ, ਜੈਸਵਾਲ ਹੈ ਜੀ, ਗਿੱਲ ਹੈ, ਫਿਰ ਅਭਿਸ਼ੇਕ ਆ ਗਿਆ, ਉਹ ਜਿੰਨੇ ਬਦਲ ਹੋਣਗੇ ਤਾਂ ਕਿਤੇ ਨਾ ਕਿਤੇ ਕਹਿ ਲਓ ਕਿ ਹਾਲੇ ਇਸ਼ਾਂਤ ਕਿਸ਼ਨ ਜਿਹੜਾ ਹੈ ਉਹ ਚਲੇ ਗਿਆ, ਉਹ ਪਿੱਛੇ ਹਟ ਗਿਆ, ਉਹਦੀਆਂ ਕੁਛ ਕਹਿ ਲਓ ਕਿ ਗੱਲਾਂ ਬਾਤਾਂ ਐਸੀਆਂ ਸੀ, ਪਰ ਉਹ ਕੰਪੀਟੀਸ਼ਨ ਬਹੁਤ ਹਾਰਡ ਹੋ ਜਾਏਗਾ, ਇਹ ਸਮੱਸਿਆ ਕਿ ਤੁਹਾਨੂੰ ਪਰਫੋਰਮ ਕਰਨਾ ਹੀ ਪਵੇਗਾ। ਜੀ ਜੀ ਜੀ, ਚਲੋ ਉਮੀਦ ਕਰਦੇ ਹਾਂ ਜੀ ਚੰਗਾ ਚੰਗਾ ਹੋਵੇ, ਚੰਗੇ ਚੰਗੇ ਮੁੰਡੇ ਆਉਣ, ਚੰਗਾ ਖੇਡਣ, ਦੇਸ਼ ਦਾ ਨਾਮ ਰੌਸ਼ਨ ਕਰਨ। ਅਸੀਂ ਜੀ ਸਾਰਿਆਂ ਦੇ ਕਮੈਂਟ ਲਵਾਂਗੇ। ਅਭਿਸ਼ੇਕ ਸ਼ਰਮਾ ਦਾ IPL ਦਾ ਬਹੁਤ ਵਧੀਆ ਪ੍ਰਦਰਸ਼ਨ ਸੀ, ਬਿਲਕੁਲ ਜੀ, ਜ਼ਹਿਰਾਨਾ ਖੇਡਿਆ, ਬਹੁਤ ਵਧੀਆ। ਜੀ ਜੀ ਜੀ।